ਅਹਿਮਦਗੜ੍ਹ ਨਗਰ ਕੌਂਸਲ ਦੇ ਸਫਾਈ ਕਰਮਚਾਰੀ ਅੱਜ ਚੌਥੇ ਦਿਨ ਵੀ ਕੰਮ ਛੱਡੋ ਹੜਤਾਲ ਤੇ ਰਹੇ। ਅਹਿਮਦਗੜ੍ਹ ਵਿਚ ਹਰ ਪਾਸੇ ਕੂੜੇ ਦੇ ਵੱਡੇ ਵੱਡੇ ਢੇਰ ਲੱਗ ਗਏ ਨੇ। ਅਹਿਮਦਗੜ੍ਹ ਦੀ ਹਰ ਸੜਕ ਤੇ ਇਹ ਕੂੜੇ ਦੇ ਢੇਰ ਦਿਖਾਈ ਦੇ ਰਹੇ ਨੇ। ਇਨ੍ਹਾਂ ਢੇਰਾਂ ਤੋਂ ਅਵਾਰਾ ਪਸ਼ੂਆਂ ਦਾ ਜਮਾਵੜਾ ਵੀ ਦਿਖਾਈ ਦੇ ਰਿਹਾ। ਇੱਥੋਂ ਤੱਕ ਕਿ ਹਸਪਤਾਲਾਂ ਮੰਦਰਾਂ ਤੇ ਸਕੂਲਾਂ ਦੇ ਅੱਗੇ ਵੀ ਇਹ ਕੂੜੇ ਦੇ ਢੇਰ ਦਿਖਾਈ ਦੇ ਰਹੇ ਨੇ। ਸਫਾਈ ਕਰਮਚਾਰੀਆਂ ਵੱਲੋਂ ਨਗਰ ਕੌਂਸਲ ਵਿਖੇ ਨਗਰ ਕੌਂਸਲ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਸਾਡੀ ਟੀਮ ਨੇ ਜਦ ਇਹਨਾਂ ਸਫਾਈ ਕਰਮਚਾਰੀਆਂ ਨਾਲ ਗੱਲ ਕੀਤੀ ਤਾਂ ਸਫਾਈ ਕਰਮਚਾਰੀਆਂ ਦੇ ਪ੍ਰਧਾਨ ਚਮਨ ਲਾਲ ਅਤੇ ਰੂਪ ਲਾਲ ਨੇ ਦੱਸਿਆ ਕਿ ਪਿਛਲੇ 12 ਸਾਲਾਂ ਤੋਂ ਉਹਨਾਂ ਦੇ ਕਰਮਚਾਰੀਆਂ ਨੂੰ ਪੱਕਾ ਨਹੀਂ ਕੀਤਾ ਗਿਆ ਅਤੇ ਦੂਸਰੀ 2011 ਤੋਂ 57 ਕੱਚੇ ਮੁਲਾਜ਼ਮਾਂ ਦਾ ਪੀਐਫ ਨਗਰ ਕੌਂਸਲ ਅਹਿਮਦਗੜ੍ਹ ਤਾਂ ਕੱਟ ਹੀ ਰਿਹਾ, ਪਰ ਇਹ ਉਹਨਾਂ ਦੇ ਅਕਾਊਂਟ ਵਿੱਚ ਕਿਸੇ ਦਾ ਵੀ ਜਮ੍ਹਾਂ ਨਹੀਂ ਹੋ ਰਿਹਾ। ਉਹਨਾਂ ਨਗਰ ਕੌਂਸਲ ਨੂੰ ਇਸ ਬਾਰੇ ਪਿਛਲੇ 2-3 ਸਾਲਾਂ ਤੋਂ ਕਹਿ ਰਹੇ ਨੇ, ਪਰ ਕਿਸੇ ਤਰ੍ਹਾਂ ਦੀ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਉਹਨਾਂ ਪਿਛਲੇ ਹਫ਼ਤੇ ਵੀ ਈਓ ਅਹਿਮਦਗੜ੍ਹ ਨੂੰ 3 ਵਾਰ ਮੰਗ ਪੱਤਰ ਦਿੱਤਾ, ਪਰ ਕੋਈ ਗੱਲ ਨਹੀਂ ਸੁਣੀ ਗਈ। ਇਸ ਕਰਕੇ ਇਹ ਕਦਮ ਚੁੱਕਣਾ ਪਿਆ। ਉਹਨਾਂ ਆਖਿਆ ਕਿ ਹੁਣ ਜਦ ਤੱਕ ਇਹਨਾਂ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਜਾਵੇਗਾ, ਉਦੋਂ ਤੱਕ ਉਹਨਾਂ ਦੀ ਹੜਤਾਲ ਇਸੇ ਤਰ੍ਹਾਂ ਚੱਲਦੀ ਰਹੇਗੀ। ਜਸਾਈ ਟੀਮ ਨੇ ਨਗਰ ਕੌਂਸਲ ਦੇ ਈਓ ਚੰਦਰ ਪ੍ਰਕਾਸ਼ ਵਧਵਾ ਨਾਲ ਇਸ ਹੜਤਾਲ ਬਾਰੇ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਉਹ ਕੁਝ ਸਮਾਂ ਪਹਿਲਾਂ ਹੀ ਨਗਰ ਕੌਂਸਲ ਵਿੱਚ ਆਏ ਨੇ। ਉਹਨਾਂ ਆਪਣੇ ਸਟਾਫ ਨਾਲ ਗੱਲ ਕੀਤੀ ਹੈ। ਉਹਨਾਂ ਦੱਸਿਆ ਹੈ ਕਿ ਉਹਨਾਂ ਦੇ ਦਫ਼ਤਰ ਵੱਲੋਂ ਪੀਐਫ ਦੇ ਪੈਸੇ ਸਰਕਾਰ ਨੂੰ ਭੇਜ ਦਿੱਤੇ ਨੇ, ਕਿਸੇ ਟੈਕਨੀਕਲ ਪਰੇਸ਼ਾਨੀ ਕਰਕੇ ਇਹ ਸ਼ੋਅ ਨਹੀਂ ਹੋ ਰਹੇ। ਅੱਜ ਉਹ ਇਹਨਾਂ ਸਫਾਈ ਕਰਮਚਾਰੀਆਂ ਨਾਲ ਗੱਲ ਕਰਕੇ ਇਹ ਮਸਲਾ ਸੁਲਝਾਉਣ ਦੀ ਕੋਸ਼ਿਸ਼ ਕਰਨਗੇ। ਜੇਕਰ ਉਹਨਾਂ ਨੂੰ ਇਹ ਮਸਲਾ ਹੱਲ ਕਰਨ ਲਈ ਉਹਨਾਂ ਦੀ ਹੈੱਡ ਬ੍ਰਾਂਚ ਵੀ ਜਾਣਾ ਪਿਆ ਤਾਂ ਮੁਲਾਜ਼ਮਾਂ ਦੇ ਬੰਦੇ ਨਾਲ ਲੈ ਕੇ ਹੈੱਡ ਆਫਿਸ ਵੀ ਜਾਣਗੇ ਅਤੇ ਇਹ ਮਸਲਾ ਜਲਦ ਹੱਲ ਕਰਵਾਉਣਗੇ। ਆਜ਼ਾਦ ਟੀਵੀ ਨਿਊਜ਼ ਦੇ ਲਈ ਅਹਿਮਦਗੜ੍ਹ ਤੋਂ ਅਜੇ ਮਲਹੋਤਰਾ ਦੀ ਰਿਪੋਰਟ। ਇਹ ਸਾਡੀਆਂ ਮੰਗਾਂ ਨੇ ਜੀ, ਜਿਹੜਾ ਸਾਡਾ ਪੀਐਫ ਆ 57 ਬੰਦਿਆਂ ਦਾ ਬਠਿੰਡੇ ਜਾਂਦਾ, ਉਹਦਾ ਸਾਡੇ ਕੋਲ ਕੋਈ ਹਿਸਾਬ ਕਿਤਾਬ ਨਹੀਂ। ਇਹ ਸਾਨੂੰ ਟਾਈਮ ਦੇਈ ਜਾਂਦੇ ਆ, ਅਸੀਂ ਇਹਨਾਂ ਤੋਂ ਲਈ ਜਾਂਦੇ ਸੀ, ਅੱਕ ਕੇ ਅਸੀਂ ਹੜਤਾਲ ਕੀਤੀ ਆ। ਪਹਿਲਾਂ 72 ਘੰਟੇ ਦਾ ਨੋਟ ਦਿੱਤਾ, ਫਿਰ 48 ਘੰਟੇ ਦਾ ਦਿੱਤਾ, ਫਿਰ 24 ਘੰਟੇ ਦਾ ਦਿੱਤਾ। ਇਹਨਾਂ ਨੇ ਸਾਨੂੰ ਹੁਣ ਤੱਕ ਬੁਲਾ ਕੇ ਕੋਈ ਗੱਲ ਨਹੀਂ ਕੀਤੀ ਸਾਡੇ ਨਾਲ, ਉਦੋਂ ਤੱਕ ਜਾਰੀ ਰੱਖਾਂਗੇ ਜੀ। ਅਸੀਂ ਇੱਦੋਂ ਤੇਜ਼ ਸੰਘਰਸ਼ ਕਰਾਂਗੇ ਜੇ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੋਣਗੀਆਂ। ਇਹ ਸਾਡੀ ਨਗਰ ਕੌਂਸਲਰ ਦਾ ਜੀ, ਪੰਜਾਬ ਦਾ ਕੋਈ ਨਹੀਂ ਇਹਦੇ 'ਚ ਰੋਲ। ਉਹ ਡੀਸੀ ਰੇਟ 'ਤੇ ਹੈ ਜੀ, ਉਹ ਪੱਕਿਆਂ ਵਾਂਗੂ ਹੀ ਆ, ਉਹਨਾਂ ਨੂੰ ਹਟਾ ਨਹੀਂ ਸਕਦੇ, ਉਹਨਾਂ ਨੂੰ ਕੱਢ ਨਹੀਂ ਸਕਦੇ। ਇਹ 11-12 ਤੋਂ ਆ ਜੀ, ਇਹ ਜਿਹੜੇ ਸਾਡੇ ਪੈਸੇ ਆ ਜੀ ਗਰੀਬ ਜਨਤਾ ਦੇ, ਇਹਨਾਂ ਦੇ ਹੱਕ ਖਾਤੇ 'ਚ ਪੈਣੇ ਚਾਹੀਦੇ ਆ, ਸਾਨੂੰ ਉਹਨਾਂ ਦਾ ਹਿਸਾਬ ਕਿਤਾਬ ਦੱਸਿਆ ਜਾਣਾ ਚਾਹੀਦਾ। ਇਹ ਸੁਣਦੇ ਹੀ ਨਹੀਂ, ਸਾਡੀ ਕੋਈ ਗੱਲ ਨਹੀਂ ਸੁਣਦੇ। ਲਿਖ ਕੇ ਵੀ ਦਿੱਤਾ ਜੀ, ਅਸੀਂ ਹੁਣ ਵੀ ਲਿਖ ਕੇ ਦਿੱਤਾ, ਇਹਨਾਂ ਨੂੰ ਸੁਣਦੇ ਹੀ ਨਹੀਂ ਜੀ। ਨਾ ਇਹਨਾਂ ਨੂੰ 20-20 ਸਾਲ ਹੋ ਗਏ ਕੰਮ ਕਰਦਿਆਂ ਨੂੰ, ਨਾ ਇਹਨਾਂ ਨੂੰ ਕੋਈ ਪੱਕਿਆਂ ਦਾ, ਨਾ ਕੁਛ ਹੋਰ ਕੰਮ, ਸਾਥੋਂ ਦੁੱਗਣਾ ਲੈਂਦੇ ਆ, ਸਾਡੇ ਨਾਲ ਧੱਕਾ ਹੁੰਦਾ। ਸਾਨੂੰ ਅੱਜ 4 ਦਿਨ ਹੋ ਗਏ ਜੀ, ਨਾ ਕੋਈ ਨਹੀਂ ਪੁੱਛਣ ਆਇਆ ਜੀ। ਇਹ 16 MC ਨੇ, 17 ਜੀ, ਸਾਡੀ ਕਿਸੇ ਨੇ ਸਾਰ ਨਹੀਂ ਲਿੱਤੀ ਆ ਕੇ। ਜੇ ਸਾਡਾ ਬੰਦਾ ਇੱਕ ਦਿਨ ਨਾ ਜਾਵੇ ਕਹਿਣਗੇ 8 ਦਿਨ ਹੋ ਗਏ ਕੰਮ 'ਤੇ ਨਹੀਂ ਆਇਆ, ਹੁਣ ਇਹਨਾਂ ਨੂੰ ਦੇਖਿਆ ਨਹੀਂ ਗਾ, ਹੁਣ ਸਾਡੇ ਕੋਲ ਕੋਈ ਨਹੀਂ ਆਇਆ ਚੱਲ ਕੇ। ਸਾਡੇ ਕੋਲ ਜਿੰਨੇ ਵੀ ਮੁਲਾਜ਼ਮ ਕੰਮ ਕਰਦੇ ਨੇ ਕੱਚੇ, 15-15 16-16 ਸਾਲ ਤੋਂ ਅਸੀਂ ਕੰਮ ਕਰ ਰਹੇ ਹਾਂ। ਅਸੀਂ ਇਹਨਾਂ ਨੂੰ ਕਹਿ ਵੀ ਦਿੱਤਾ ਵੀ ਸਾਨੂੰ ਪੱਕੇ ਕਰੋ, 2 ਮੰਗਾਂ ਨੇ ਸਾਡੀਆਂ, ਕੱਚੇ ਮੁਲਾਜ਼ਮ EPF ਜਮ੍ਹਾਂ ਕਰਾਓ, ਔਨਲਾਈਨ ਕਰਾਓ, ਅਤੇ ਬਾਕੀ ਜਿਹੜੇ ਕੱਚੇ ਮੁਲਾਜ਼ਮ ਉਹਨਾਂ ਨੂੰ ਪੱਕੇ ਕਰੋ। ਅਸੀਂ ਇਹਨਾਂ ਨੂੰ ਕਿਹਾ ਵੀ ਹੈ, ਕਹਿੰਦੇ ਵੀ ਸਾਡੇ ਕੋਲ ਬਜਟ ਨਹੀਂ ਹੈਗਾ, ਸਰਕਾਰ ਵੀ ਸਾਡੇ ਕੋਲ ਬਜਟ ਨਹੀਂ ਹੈਗਾ, ਸਾਡੇ ਕੋਲ 27 ਬੰਦਿਆਂ ਦਾ ਬਜਟ ਹਾਊਸ ਨੇ ਮੰਨੇ ਆ ਸਾਡੇ ਕੋਲ। ਅਸੀਂ ਆ ਦਿੱਤੇ ਨਹੀਂ, ਆਹੀ ਲਿਖ ਕੇ ਦਿੱਤਾ ਸਾਰਾ ਵੀ ਸਾਡੇ 27 ਬੰਦੇ, ਸਾਡੇ ਜਿਹੜੇ 57 ਬੰਦੇ ਉਹਨਾਂ ਨੂੰ ਪੱਕਾ ਕੀਤਾ ਜਾਵੇ।
ਤੇ ਈਪੀਐਫ ਕੱਟ ਕੇ ਸਾਡੇ ਖਾਤਿਆਂ 'ਚ ਪਾਵੇ, ਆਨਲਾਈਨ ਕੀਤਾ ਜਾਵੇ। ਅਹਿਮਦਗੜ੍ਹ 'ਚ ਗੰਦਗੀ ਦਾ ਪੂਰਾ ਬੁਰਾ ਹਾਲ ਆ, ਹੋਊਗਾ ਜੀ ਤੂੰ ਜ਼ਿਆਦਾ ਹੋਊਗਾ ਜੀ। ਪ੍ਰਧਾਨ ਕੋਈ ਤੁਹਾਡੀ ਕੋਈ ਸੁਣਵਾਈ ਕਰ? ਕਿਸੇ ਨੇ ਪ੍ਰਧਾਨ ਆਇਆ, ਪ੍ਰਧਾਨ ਆਇਆ ਜੀ, ਪ੍ਰਧਾਨ ਆਇਆ, ਕੋਈ ਸਾਹਿਬ ਆਏ ਸਾਡੇ ਕੋਲੇ, ਹੋਰ ਸਾਡੇ ਕੋਲੇ ਕੋਈ ਨਹੀਂ ਚੱਲ ਕੇ ਆਇਆ, ਕੋਈ ਨਹੀਂ ਚੱਲ ਕੇ ਆਇਆ ਜੀ, ਸੁਣਵਾਈ ਨਹੀਂ ਹੈਗੀ ਸਾਡੀ, ਚਾਹੇ ਕੋਈ ਵੀ ਹੈ ਜੀ, ਹਾਊਸ ਕੋਲ ਵੀ ਸਾਡੀ ਸੁਣਵਾਈ ਨਹੀਂ, ਸਾਡੇ ਜਿਹੜੇ ਅਫਸਰ ਨੇ ਉਹਨਾਂ ਕੋਲ ਵੀ ਸਾਡੀ ਸੁਣਵਾਈ ਕੋਈ ਸੁਣਵਾਈ ਨਹੀਂ। ਅਸੀਂ ਇਹਨਾਂ ਨੂੰ ਕਿਹਾ ਵੀ ਇਹ ਸਾਨੂੰ ਕਹਿੰਦੇ, ਹਾਊਸ ਕਹਿੰਦਾ 27 ਬੰਦੇ ਦਾ ਸਾਡੇ ਕੋਲ ਬਜਟ ਹੈ ਜੀ, ਵੀ 27 ਬੰਦੇ ਥੋੜ੍ਹੇ ਅਸੀਂ ਪੱਕੇ ਕਰ ਦਿੰਦੇ ਹਾਂ, 27 ਬੰਦੇ ਸਾਡੇ ਪੱਕੇ ਕਰੋ, 57-27 ਬੰਦੇ ਸਾਡੇ ਪੱਕੇ ਕਰਨ, ਕੁਛ ਤਾਂ ਸਾਨੂੰ ਹੌਸਲਾ ਹੋਵੇ। ਇਹ ਹੁਣ ਜਿਹੜਾ ਤੁਹਾਡਾ ਸੰਘਰਸ਼ ਹੈ ਇਹ ਉਦੋਂ ਤੱਕ ਜਾਰੀ ਰਹੂਗਾ ਵੀ ਜਦ ਤੱਕ ਮੰਗਾਂ ਨਹੀਂ ਕਰ? ਬਿਲਕੁਲ ਬਿਲਕੁਲ ਜਾਰੀ ਰਹੂਗਾ ਜੀ, ਬਿਲਕੁਲ ਜਾਰੀ ਰਹੂਗਾ, ਜਿੰਨਾ ਚਿਰ ਸਾਡਾ ਫੰਡ ਦਾ ਹਿਸਾਬ ਕਿਤਾਬ ਨਹੀਂ ਹੁੰਦਾ ਉਨਾ ਚਿਰ ਜਾਰੀ ਰਹੂਗਾ ਜੀ। ਇਹ ਇਹਨਾਂ ਦਾ ਮਸਲਾ ਕੁਛ ਨਹੀਂ ਜੀ, ਇਹ ਈਪੀਐਫ ਵਾਸਤੇ ਕਹਿੰਦੇ, ਸਾਡਾ ਪਿਛਲਾ ਈਪੀਐਫ ਜਮ੍ਹਾਂ ਨਹੀਂ ਹੋਇਆ, ਪਰੰਤੂ ਸਾਰਾ ਰਿਕਾਰਡ ਮੇਰੇ ਅਕਾਊਂਟੈਂਟ ਨੇ ਚੈੱਕ ਕੀਤਾ ਹੈਗਾ, ਸਾਰੇ ਐਜ਼ ਪਰ ਰਿਕਾਰਡ ਸਾਰਾ ਹੀ ਇਹਨਾਂ ਦਾ 8 ਜਨਵਰੀ 2011 ਤੋਂ ਅਪ ਟੂ ਡੇਟ ਸਾਰਾ ਜਮ੍ਹਾਂ ਹੋਇਆ ਹੈ, ਕੋਈ ਪੈਂਡਿੰਗ ਨਹੀਂ ਹੈਗਾ। ਕੀ ਪ੍ਰੋਬਲਮ ਕੀ ਹੈ ਜੀ ਵੀ ਜਮ੍ਹਾਂ ਇਹਨਾਂ ਨੂੰ ਕਿਉਂ ਲੱਗਦਾ ਵੀ ਉਹ ਜਮ੍ਹਾਂ ਨਹੀਂ ਹੋਇਆ? ਇਹਨਾਂ ਨੂੰ ਐਂ ਜੀ, ਦੇਖੋ ਇਹਨਾਂ ਦਾ ਰਿਕਾਰਡ ਉੱਥੇ ਨਾ ਐਕਚੁਲੀ ਕਿਸੇ ਪ੍ਰੋਬਲਮ ਕਰਕੇ, ਟੈਕਨੀਕਲੀ ਪ੍ਰੋਬਲਮ ਕਰਕੇ ਸ਼ੋਅ ਨਹੀਂ ਹੋ ਰਿਹਾ ਉਹਨੇ ਸਾਈਟ 'ਤੇ ਈਪੀਐਫ ਵਾਲਿਆਂ ਦੇ, ਪਰੰਤੂ ਇਹਨਾਂ ਸਾਰਾ ਜਮ੍ਹਾਂ ਹੋ ਚੁੱਕਾ, ਜਿਹੜਾ ਚਲਾਨ ਦੇ ਕਾਪੀਆਂ ਸਾਡੇ ਕੋਲ ਸਾਰੀਆਂ ਪਈਆਂ ਨੇ ਜਮ੍ਹਾਂ ਹੋਈ ਇਹਦੀਆਂ। ਸੈਕਿੰਡਲੀ ਇਹਨਾਂ ਦੇ ਕੁਛ ਬੰਦਿਆਂ ਦੇ ਪਰੂਫ ਵੀ ਸਾਡੇ ਕੋਲ ਨਹੀਂ ਆਏ ਹੈਗੇ, ਉਹ ਪਰੂਫ ਮੈਂ ਮੰਗਵਾ ਰਿਹਾ, ਉਹਦਾ ਸਾਰੀ ਕਲੈਰੀਫਿਕੇਸ਼ਨ ਇਹਨਾਂ ਦੀ ਹੋ ਜਾਏਗੀ। ਇਹ ਤੁਹਾਨੂੰ ਕੀ ਲੱਗਦਾ ਵੀ ਕਿੰਨੇ ਦਿਨਾਂ ਤੱਕ ਇਹ? ਨਹੀਂ, ਇਹ ਮਸਲਾ ਅੱਜ ਹੀ ਸੁਲਝ ਜਾਏਗਾ, ਮੈਂ ਸਮਝਾਤਾ ਇਹਨਾਂ ਨੂੰ, ਇਹ ਕਹਿੰਦੇ ਠੀਕ ਹੈ। ਨਹੀਂ ਨਹੀਂ ਅੱਜ ਹੀ ਹੋ ਜਾਏਗਾ, ਇਸ ਇਹ ਅੱਗੇ ਸਾਰਾ ਸਾਫ਼ 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 ਸਫਾਈ ਦੀ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ, ਕੋਈ ਪ੍ਰੋਬਲਮ ਨਹੀਂ ਆਉਣ ਦੇਵਾਂਗੇ। ਇਹਨਾਂ ਨੂੰ ਸਫਾਈ ਕਰਮਚਾਰੀਆਂ ਨੂੰ ਬੁਲਾ ਕੇ ਕੁਛ ਮੀਟਿੰਗ ਕੀਤੀ ਹੈ ਜੀ? ਹਾਂ, ਮੀਟਿੰਗ ਕਰ ਲਈ ਉਹਨਾਂ ਨਾਲ, ਉਹ ਹੁਣ ਕੁਛ ਇਹਨਾਂ ਦਾ ਇੰਤਜ਼ਾਰ ਕਰਦੇ, ਸਾਡੇ ਕੋਲ ਈਪੀਐਫ ਜਿਹੜੇ ਡੀਲ ਕਰਦੇ ਨੇ ਉਹਨਾਂ ਇੰਤਜ਼ਾਰ ਕਰ ਰਹੇ ਸੀਗੇ, ਉਹ ਆ ਰਹੇ ਨੇ ਮੇਰੇ ਕੋਲੋਂ, ਆ ਕੇ ਉਹਨਾਂ ਨਾਲ ਬੈਠ ਕੇ ਗੱਲ ਕਰਕੇ ਇਹਨੇ ਹੜਤਾਲ ਖਤਮ ਹੋ ਜਾਵੇ।